ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਆਪਣੇ ਪਿੰਡ ਨੂੰ ਸੋਹਣੀ ਦਿੱਖ ਦੇਣ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਕਿ ਉਹਨਾਂ ਦੇ ਪਿੰਡ ਵਿੱਚ ਹਰ ਸੁਵਿਧਾ ਉਪਲਬਧ ਹੋਵੇ ਅਤੇ ਪਿੰਡ ਨੂੰ ਚਾਰ ਚਫੇਰੇ ਤੋਂ ਹਰਾ ਭਰਾ ਬਣਾਉਣ ਦੇ ਲਈ ਵੀ ਪੰਚਾਇਤਾਂ ਵੱਲੋਂ ਸਰਕਾਰ ਦੇ ਸਹਿਯੋਗ ਨਾਲ ਵੱਖਰਾ ਪਿੰਡ ਬਣਾਉਣ ਦੀ ਪਹਿਲ ਕੀਤੀ ਜਾ ਰਹੀ ਹੈ। ਅਜਿਹੀ ਹੀ ਨੌਜਵਾਨ ਪੰਚਾਇਤ ਪਿੰਡ ਫੱਤਾ ਮਾਲੋ ਕੀਤੀ ਹੈ ਜਿਸ ਦੀ ਅਗਵਾਈ ਸਰਪੰਚ ਐਡਵੋਕੇਟ ਗੁਰਸੇਵਕ ਸਿੰਘ ਕਰ ਰਹੇ ਨੇ ਅਤੇ ਉਹ ਆਪਣੇ ਪਿੰਡ ਨੂੰ ਸੋਹਣਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਵਿਸ਼ੇਸ਼ ਕਦਮ ਉਠਾ ਰਹੇ ਨੇ। ਪਿੰਡ ਫੱਤਾ ਮਾਲੋਕੇ ਦੇ ਸਰਪੰਚ ਐਡਵੋਕੇਟ ਗੁਰਸੇਵਕ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਉਹਨਾਂ ਦੀ ਪੰਚਾਇਤ ਬਣੀ ਹੈ ਅਤੇ ਪੰਚਾਇਤ ਦੇ ਪਿੰਡ ਨੂੰ ਸੋਹਣਾ ਬਣਾਉਣ ਦੇ ਲਈ ਵਿਸ਼ੇਸ਼ ਕਦਮ ਉਠਾਏ ਜਾ ਰਹੇ ਨੇ। ਉਹਨਾਂ ਦੱਸਿਆ ਕਿ ਪੰਚਾਇਤ ਦੇ ਹੋਂਦ ਵਿੱਚ ਆਉਂਦਿਆਂ ਸਾਰ ਹੀ ਪੰਚਾਇਤ ਵੱਲੋਂ ਪੰਚਾਇਤ ਘਰ ਦਾ ਨਵੀਨੀਕਰਨ ਕਰਵਾਇਆ ਗਿਆ ਸੀ। ਇਸ ਵਿੱਚ ਇੱਕ ਵੱਡਾ ਹਾਲ ਕਮਰਾ, ਰਸੋਈ ਅਤੇ ਪੰਚਾਇਤ ਦੇ ਬੈਠਣ ਦੇ ਲਈ ਕਮਰੇ ਅਤੇ ਪਾਰਕ ਵੀ ਬਣਾਏ ਗਏ ਨੇ। ਇਸ ਤੋਂ ਇਲਾਵਾ ਪੰਚਾਇਤ ਦਫ਼ਤਰ ਵਿੱਚ ਆਉਣ ਵਾਲੇ ਲੋਕਾਂ ਦੇ ਲਈ ਇੱਕ ਸੇਵਾਦਾਰ ਵੀ ਰੱਖਿਆ ਗਿਆ ਹੈ। ਸਰਪੰਚ ਗੁਰਸੇਵਕ ਸਿੰਘ ਨੇ ਇਹ ਵੀ ਦੱਸਿਆ ਕਿ ਪੰਚਾਇਤ ਵੱਲੋਂ ਮੇਨ ਰੋਡ ਉੱਪਰ ਟ੍ਰੈਫਿਕ ਲਾਈਟਾਂ ਲਗਾਈਆਂ ਗਈਆਂ ਨੇ। ਦੋ ਬੱਸ ਸਟੈਂਡ ਅਤੇ ਪੁਲਿਸ ਦੇ ਸਹਿਯੋਗ ਦੇ ਨਾਲ ਮੇਨ ਰੋਡ ਉੱਤੇ ਬੈਰੀਕੇਟਿੰਗ ਵੀ ਕਰਵਾਈ ਗਈ ਹੈ ਤਾਂ ਕਿ ਕੋਈ ਹਾਦਸਾ ਨਾ ਵਾਪਰੇ। ਉਹਨਾਂ ਦੱਸਿਆ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਲਈ ਪੰਚਾਇਤ ਵੱਲੋਂ ਮੇਨ ਰੋਡ ਉੱਪਰ 40 ਦੇ ਕਰੀਬ ਦੁਕਾਨਾਂ ਅਤੇ ਸ਼ੋਰੂਮ ਬਣਾ ਕੇ ਦਿੱਤੇ ਗਏ ਨੇ ਤਾਂ ਕਿ ਨੌਜਵਾਨ ਆਪਣਾ ਰੁਜ਼ਗਾਰ ਚਲਾ ਸਕਣ। ਉਹਨਾਂ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਪੰਚਾਇਤ ਵੱਲੋਂ ਦੋ ਆਪਣੇ ਪੱਧਰ 'ਤੇ ਕੋਚ ਰੱਖੇ ਗਏ ਨੇ ਜਿਹੜੇ ਕਿ ਨੌਜਵਾਨਾਂ ਅਤੇ ਪਿੰਡ ਦੇ ਲੜਕੀਆਂ ਨੂੰ ਵਾਲੀਬਾਲ, ਬਾਸਕਟਬਾਲ, ਫੁੱਟਬਾਲ ਅਤੇ ਹੋਰ ਖੇਡਾਂ ਦੀ ਤਿਆਰੀ ਕਰਵਾ ਰਹੇ ਨੇ। ਸਰਪੰਚ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਵਿੱਚ ਇੰਟਰਲਾਕ ਗਲੀਆਂ, ਪਿੰਡ ਵਿੱਚ ਪੌਦੇ ਲਗਾਉਣੇ ਅਤੇ ਪਟਵਾਰਖਾਨੇ ਦਾ ਨਵੀਨੀਕਰਨ, ਦੋ ਧਰਮਸ਼ਾਲਾ ਨਵੀਆਂ ਬਣਾਉਣੀਆਂ, ਵਾਲਮੀਕਿ ਮੰਦਰ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਕੋਰੋਨਾ ਦੌਰਾਨ ਵੀ ਪਿੰਡ ਦੀ ਪੰਚਾਇਤ ਦਾ ਪਹਿਲਾ ਕਦਮ ਇਹ ਸੀ ਕਿ ਪਿੰਡ ਦਾ ਕੋਈ ਵੀ ਜ਼ਰੂਰਤਮੰਦ ਪਰਿਵਾਰ ਭੁੱਖਾ ਨਾ ਰਹੇ, ਉਹਨਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ। ਇਸ ਤੋਂ ਇਲਾਵਾ ਪਿੰਡ ਦੀ ਪੰਚਾਇਤ ਵੱਲੋਂ ਹੁਣ ਵੀ ਪਿੰਡ ਵਿੱਚ ਵਿਕਾਸ ਕਾਰਜ ਚੰਗੀ ਪੱਧਰ 'ਤੇ ਚੱਲ ਰਹੇ ਨੇ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਕਿਸਾਨੀ ਸੰਘਰਸ਼ ਦੇ ਦੌਰਾਨ ਪਿੰਡ ਦਾ ਨੌਜਵਾਨ ਜਤਿੰਦਰ ਸਿੰਘ ਸ਼ਹੀਦ ਹੋ ਗਿਆ ਸੀ ਅਤੇ ਉਸ ਦੇ ਨਾਮ 'ਤੇ ਪਿੰਡ ਦੇ ਵਿੱਚ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇ। ਸਭ ਤੋਂ ਪਹਿਲਾਂ ਮੈਂ ਪੰਚਾਇਤ ਘਰ ਦੀ ਰੈਨੋਵੇਸ਼ਨ ਕੀਤੀ, ਇਹਨੂੰ ਬੈਠਣ ਲਾਇਕ ਬਣਾਇਆ। ਉਸ ਤੋਂ ਬਾਅਦ ਮੈਂ ਸਾਡੇ ਸਮਾਰਟ ਸਕੂਲ ਦੇ ਵਿੱਚ ਸਕੂਲ ਨੂੰ ਸਮਾਰਟ ਬਣਵਾਇਆ ਸਰਕਾਰ ਨੂੰ ਕਹਿ ਕੇ, ਔਰ ਉਸ ਦੇ ਵਿੱਚ ਦੋ ਬਾਸਕਟਬਾਲ ਗਰਾਊਂਡ, ਪਵੀਲੀਅਨ, ਇਸ ਤਰ੍ਹਾਂ ਦੇ ਪਲੇਗਰਾਊਂਡਸ ਦਾ ਇੰਤਜ਼ਾਮ ਕੀਤਾ, ਫੁੱਟਬਾਲ ਦਾ ਕੋਚ ਦਾ ਅਸੀਂ ਇੰਤਜ਼ਾਮ ਕੀਤਾ, ਔਰ ਜਿਹੜਾ ਬਾਸਕਟਬਾਲ ਦਾ ਕੋਚ ਹੈ, ਸਾਡੀ ਬਾਸਕਟਬਾਲ ਦੀ ਬਹੁਤ ਵਧੀਆ ਟੀਮ ਹੈ, ਕੁੜੀਆਂ ਦੇ ਜਿਹੜੇ ਕੋਚ ਨੇ ਉਹ ਅਸੀਂ ਪੰਚਾਇਤ ਨੇ ਆਪਦੀ ਜੇਬ 'ਚੋਂ ਪਰਮੰਥ ਦੇ ਹਿਸਾਬ ਨਾਲ ਲੈ ਕੇ ਆਏ ਹਾਂ ਅਸੀਂ। ਉਸ ਤੋਂ ਇਲਾਵਾ ਪਾਰਕਸ ਅਸੀਂ ਜਿਹੜੇ ਸਕੂਲ ਦੇ ਵਿੱਚ ਬਣਾਏ ਨੇ, ਸਕੂਲ ਦੇ ਬਾਹਰ ਵੀ ਬਣਾਏ ਨੇ। ਉਸ ਤੋਂ ਇਲਾਵਾ ਜਿਹੜਾ ਹੈ ਪਿੰਡ ਦੇ ਵਿੱਚ ਤਕਰੀਬਨ 3 ਸਾਡੀਆਂ ਇੰਟਰਲੋਕ ਦੀਆਂ ਗਲੀਆਂ ਬਣ ਕੇ ਤਿਆਰ ਹੋ ਗਈਆਂ, 2 ਦਾ ਕੰਮ ਚੱਲ ਰਿਹਾ। ਇੱਕ ਆਂਗਣਵਾੜੀ ਸੈਂਟਰ ਸਾਡਾ ਸਟਾਰਟ ਹੋ ਚੁੱਕਿਆ। ਸ਼ਮਸ਼ਾਨ ਘਾਟ ਦੇ ਵਿੱਚ ਸਾਡਾ ਜਿਹੜਾ 10 ਲੱਖ ਦਾ ਪ੍ਰੋਜੈਕਟ ਹੈ ਉਹ ਵੀ ਸਾਡਾ ਕੰਮ ਸਟਾਰਟ ਹੈ, ਔਰ 2 ਮੈਂ ਬੱਸ ਸਟੈਂਡ ਬਣਾ ਚੁੱਕਿਆ। ਇਸ ਤੋਂ ਪਹਿਲਾਂ ਜਿਹੜਾ ਬੱਸ ਸਟੈਂਡ ਦੇ ਉੱਤੇ ਟ੍ਰੈਫਿਕ ਲਾਈਟਸ ਅਤੇ ਬੈਰੀਕੇਡਿੰਗ, 2 ਮੈਂ ਧਰਮਸ਼ਾਲਾ ਦੇ ਰਿਪੇਅਰ ਕਰਵਾ ਦਿੱਤੀ ਹੈ, ਔਰ 1 ਧਰਮਸ਼ਾਲਾ ਬਿਲਕੁਲ ਨਵੇਂ ਡਿਜ਼ਾਈਨ ਦੀ ਮੈਂ ਤਿਆਰ, ਜਿਹੜੀ ਵੱਡੀ ਧਰਮਸ਼ਾਲਾ ਕਹਿ ਰਹੇ ਨਵੇਂ ਡਿਜ਼ਾਈਨ ਦੀ 2 ਰੂਮ ਬਾਥਰੂਮ ਵਗੈਰਾ ਨਾਲ ਤਿਆਰ ਕਰਵਾ ਦਿੱਤੀ ਹੈ। ਪਟਵਾਰ ਖਾਨਾ ਮੈਂ ਮੇਰੇ ਪਿੰਡ ਦਾ ਨਵਾਂ ਬਣਵਾ ਦਿੱਤਾ ਹੈ, ਔਰ ਧਰਮਸ਼ਾਲਾ ਦੇ ਵਿੱਚ ਇੱਕ ਮੰਗ ਸੀ ਮੰਦਰ ਦੀ, ਉੱਥੇ ਵੀ ਅਸੀਂ ਮੰਦਰ ਵੀ ਬਣਾਇਆ। ਇਸ ਤੋਂ ਇਲਾਵਾ ਤਕਰੀਬਨ ਜਿਹੜਾ ਹੈ ਹਰ ਤਰ੍ਹਾਂ ਦੇ ਅਸੀਂ ਵਿਕਾਸ ਕਾਰਜ ਕਰਵਾਉਣ ਦੀ ਸਾਡੀ ਕੋਸ਼ਿਸ਼ ਹੈ। ਮੇਨ ਧਿਆਨ ਹੈ ਜਿਹੜਾ ਨੌਜਵਾਨਾਂ ਵੱਲ ਹੀ ਹੈ, ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਅਸੀਂ ਖੇਡਾਂ ਦੇ ਲਈ ਕੋਚਾਂ ਦਾ ਪ੍ਰਬੰਧ ਕੀਤਾ ਹੋਇਆ, ਔਰ ਉਹਨਾਂ ਦੀ ਖਿਡਾਰੀਆਂ ਦੀ ਡਾਇਟ ਦਾ ਵੀ ਪ੍ਰਬੰਧ ਕੀਤਾ ਹੋਇਆ, ਔਰ ਜਿਹੜੀ ਉਸ ਤੋਂ ਇਲਾਵਾ ਨੌਜਵਾਨਾਂ ਨੂੰ ਬੇਰੁਜ਼ਗਾਰੀ ਤੋਂ ਬਚਾਉਣ ਲਈ ਮੈਂ ਦੱਸਿਆ, ਮੈਂ 16 ਦੁਕਾਨਾਂ ਜਿਹੜੀਆਂ ਤਿਆਰ ਕਰਵਾ ਚੁੱਕਿਆ, ਔਰ 41 ਦੁਕਾਨਾਂ ਔਰ 18 ਸ਼ੋਰੂਮ ਮੈਂ ਬਣਾ ਰਿਹਾ। ਇਸ ਤੋਂ ਇਲਾਵਾ ਪਿੰਡ ਵਿੱਚ ਅਸੀਂ ਆਪਦੇ ਪਿੰਡ ਲਈ ਵੱਖਰੀ ਐਂਬੂਲੈਂਸ ਦਾ ਇੱਕ ਪੰਚਾਇਤ ਨੇ ਪ੍ਰਬੰਧ ਕਰਵਾਇਆ ਸਰਕਾਰ ਨੂੰ ਕਹਿ ਕੇ। ਸੋ ਮੇਰਾ ਧਿਆਨ ਜਿਹੜਾ ਹੈ ਮੇਨ ਜਿਹੜਾ ਸਟੱਡੀਜ਼, ਬੱਚਿਆਂ ਦੀ ਸਟੱਡੀਜ਼ ਔਰ ਖੇਡਾਂ ਵੱਲ ਹੀ ਹੈ। ਨੌਜਵਾਨ ਤੋਂ ਪਹਿਲਾਂ ਤਾਂ ਕਰੋਨਾ ਵਿੱਚ ਜ਼ਰੂਰਤ ਸੀ ਖਾਣੇ ਦੀ, ਜ਼ਰੂਰੀ ਵਸਤਾਂ ਦੀ, ਕਿਉਂਕਿ ਸਾਰਾ ਬੰਦ ਸੀ, ਟ੍ਰੈਫਿਕ ਜਾਮ ਸੀ ਜਾਂ ਕਰਫਿਊ ਤੁਸੀਂ ਕਹਿ ਦਿਓ ਲੱਗਿਆ ਹੋਇਆ ਸੀਗਾ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਜੋ ਵੀ ਸਾਨੂੰ ਹਦਾਇਤਾਂ ਕੀਤੀਆਂ ਗਈਆਂ, ਅਸੀਂ ਪਹਿਲ ਦੇ ਆਧਾਰ 'ਤੇ ਕਿਸੇ ਵੀ ਵਿਅਕਤੀ ਨੂੰ ਪਿੰਡ ਵਿੱਚ ਭੁੱਖਾ ਨਹੀਂ ਰਹਿਣ ਦਿੱਤਾ, ਔਰ ਪੰਚਾਇਤ ਕਰੋਨਾ ਦੌਰਾਨ ਵੀ ਅਸੀਂ ਪੰਚਾਇਤ ਜਿਹੜੀ ਹੈਗੀ ਆ ਪੰਚਾਇਤ ਘਰ ਦੇ ਵਿੱਚ ਹਾਜ਼ਰ ਆ ਕੇ ਲੋਕਾਂ ਦੀ ਸੇਵਾ ਲਈ ਹਾਜ਼ਰ ਰਹੀ ਹੈ। ਪੰਜਾਬ ਸਰਕਾਰ ਦੇ ਮੈਂ ਸਭ ਤੋਂ ਵੱਡੀ ਮੰਗ ਪਿੱਛੇ ਮੈਂ ਰੱਖੀ ਵੀ ਹੈ, ਔਰ ਉਹਨਾਂ ਨੇ ਮੈਨੂੰ ਵਿਸ਼ਵਾਸ ਵੀ ਦਵਾਇਆ ਉਹ ਪੂਰੀ ਹੋ ਜਾਣੀ ਹੈ। ਇੱਕ ਤਾਂ ਲਾਇਬ੍ਰੇਰੀ ਦੀ ਮੇਰੀ ਸਭ ਤੋਂ ਵੱਡੀ ਮੰਗ ਹੈ ਜਿਹੜੀ ਹੈਗੀ ਹੈ, ਔਰ ਪਿੰਡ ਦੇ ਵਿੱਚ 1-2 ਜਿਹੜੀਆਂ ਸੜਕਾਂ, ਸਾਡਾ ਪਿੱਛੇ ਜੇ ਇੱਕ ਨੌਜਵਾਨ ਦਿੱਲੀ ਜਾਂਦੇ ਰਸਤੇ ਵਿੱਚ ਜਤਿੰਦਰ ਸਿੰਘ ਸ਼ਹੀਦ, ਕਿਸਾਨ ਸ਼ਹੀਦ ਸ਼ਹੀਦ ਹੋ ਗਿਆ, ਉਸ ਦੇ ਨਾਂ 'ਤੇ ਮੈਂ ਸੜਕਾਂ ਦੀ ਮੰਗ ਰੱਖੀ ਹੋਈ ਹੈ। ਬਾਕੀ ਸਾਡੇ ਵਾਟਰ ਵਰਕਸ ਦੀ ਜਿਹੜੀ ਹੈਗੀ ਹੈ ਕਾਫੀ ਜ਼ਿਆਦਾ ਬਿੱਲ ਖੜਾ ਹੈ, ਮੇਰੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਸਾਡੀ ਮਦਦ ਕੀਤੀ ਜਾਵੇ। ਪਿੰਡ ਦੇ ਵਸਨੀਕ ਨਿਰਮਲ ਸਿੰਘ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਨੌਜਵਾਨ ਪੰਚਾਇਤ ਵੱਲੋਂ ਪਿੰਡ ਵਿੱਚ ਵਿਕਾਸ ਕਾਰਜ ਚੰਗੀ ਪੱਧਰ 'ਤੇ ਕੀਤੇ ਜਾ ਰਹੇ ਨੇ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਖਿਡਾਰੀਆਂ ਨੂੰ ਜਿੰਮ ਅਤੇ ਕੋਚ ਦਾ ਪ੍ਰਬੰਧ ਵੀ ਕਰਵਾਇਆ ਗਿਆ ਹੈ, ਜੋ ਕਿ ਲੜਕੀਆਂ ਨੂੰ ਸਵੇਰੇ ਸ਼ਾਮ ਗਰਾਊਂਡ ਵਿੱਚ ਤਿਆਰੀ ਕਰਵਾ ਰਹੇ ਨੇ। ਮੇਰੇ ਪਿੰਡ ਦੀ ਜਿਹੜੀ ਗ੍ਰਾਮ ਪੰਚਾਇਤ ਫੱਤਾ
ਮੈਂ ਤਾਂ ਇਹੀ ਕਹਾਂਗਾ ਪਿਛਲੇ 70 ਸਾਲਾਂ ਤੋਂ ਸਾਡੇ ਪਿੰਡ 'ਚ ਪੰਚਾਇਤ ਦੁਆਰਾ ਕੋਈ ਵਧੀਆ ਕੰਮ ਨਹੀਂ ਹੋਈ ਸੀ, ਲੇਕਿਨ ਹੁਣ ਜਿਹੜੀ ਸਾਡੀ ਨਵੀਂ ਪੰਚਾਇਤ ਚੁਣੀ ਗਈ ਹੈ ਇਹਦੇ ਦੁਆਰਾ ਬਹੁਤ ਵਧੀਆ ਕੰਮ ਕੀਤੇ ਗਏ। ਸਭ ਤੋਂ ਪਹਿਲਾਂ ਤਾਂ ਸਾਡੇ ਸਕੂਲ ਦੇ ਵਿੱਚ ਜਿਹੜੀ ਇਹਨਾਂ ਨੇ ਕਾਇਆ ਕਲਪ ਕੀਤੀ ਹੈ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਪੋਰਟਸ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਪੈਸਾ ਖਰਚ ਕੀਤਾ ਗ੍ਰਾਮ ਪੰਚਾਇਤ ਫੱਤਾ ਮਾਲਕ ਨੇ, 2 ਕੋਚ ਦਿੱਤੇ ਨੇ, ਫੁੱਟਬਾਲ ਕੋਚ ਆ ਗੌਰਮੈਂਟ ਕਨੀਓ ਹੈ, 1 ਪ੍ਰਾਈਵੇਟ ਕੋਚ ਬਾਸਕਟਬਾਲ ਦਾ ਰੱਖਿਆ। ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਕਿ ਸਾਡੇ ਪਿੰਡ ਦੀ ਜਿਹੜੀ ਹੈਂਡਬਾਲ ਟੀਮ ਹੈ ਪਿਛਲੇ ਸਾਲ ਉਹ ਪੰਜਾਬ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ, ਔਰ ਲੜਕੀਆਂ ਦੀ ਟੀਮ ਨੇ ਜ਼ਿਲ੍ਹੇ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ ਬਾਸਕਟਬਾਲ 'ਚ। ਔਰ ਤੁਸੀਂ ਇੱਕ ਗੱਲ ਨੂੰ ਦੇਖਦੇ ਜੇ ਤੁਸੀਂ ਗਰਾਊਂਡ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਪੰਜਾਬ ਦਾ ਇੱਕ ਅਜਿਹਾ ਪਿੰਡ ਆ ਫੱਤਾ ਮਾਲਕ ਆ ਜਿੱਥੇ 400-500 ਲੜਕੇ ਲੜਕੀਆਂ ਪ੍ਰੈਕਟਿਸ ਕਰਦੇ ਨੇ ਡੇਲੀ। ਪਿੰਡ ਦੇ ਤਾਂ ਜਿਹੜੇ ਸਾਡੇ ਸਰਪੰਚ ਨੇ ਬਹੁਤ ਵਧੀਆ ਵਿਕਾਸ ਦੇ ਕੰਮ ਕਰ ਰਹੇ ਨੇ, ਗਲੀਆਂ ਨਾਲੀਆਂ ਦਾ ਕੰਮ ਚੱਲੀ ਜਾਂਦਾ ਹੈ, ਅਤੇ ਸਕੂਲ ਦੇ ਵਿੱਚ ਬੱਚਿਆਂ ਦੇ ਖੇਡਣ ਲਈ 2 ਕੋਚ ਅਤੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਇਹਨਾਂ ਨੇ। 2 ਕੁ ਸਾਲ ਹੋਏ ਨੇ ਜੀ, ਬਹੁਤ ਜਗ੍ਹਾ ਕੰਮ ਚਲਾ ਰੱਖੇ ਇਹਨਾਂ ਨੇ, ਕੋਈ ਇਹੋ ਜਿਹੀ ਜਗ੍ਹਾ ਨਹੀਂ ਇੱਥੇ ਕੰਮ ਨਹੀਂ ਚੱਲਦਾ, ਅਤੇ ਬੱਸ ਸਟੈਂਡ 'ਤੇ ਦੁਕਾਨਾਂ ਬਣਾਤੀਆਂ ਜੀ, ਵਧੀਆ ਮਾਰਕੀਟ ਬਣਾਈ ਹੋਈ ਹੈ। ਗਰਾਊਂਡ ਵਿੱਚ ਤਿਆਰੀ ਕਰ ਰਹੀਆਂ ਲੜਕੀਆਂ ਵਿੱਚ ਖਿਡਾਰੀ ਰੇਖਾ ਰਾਣੀ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੀ ਪੰਚਾਇਤ ਵੱਲੋਂ ਲੜਕੀਆਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਦੇ ਲਈ ਬਹੁਤ ਵਧੀਆ ਕਦਮ ਉਠਾਏ ਜਾ ਰਹੇ ਨੇ। ਇਸ ਤੋਂ ਇਲਾਵਾ ਲੜਕੀਆਂ ਨੂੰ ਖੇਡ ਕਿੱਟਾਂ ਅਤੇ ਬਾਲਾਂ ਦਾ ਵੀ ਪ੍ਰਬੰਧ ਕਰਵਾਇਆ ਗਿਆ ਹੈ, ਅਤੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਸਵੇਰੇ ਸ਼ਾਮ ਖੇਡਾਂ ਦੀ ਜਾਣਕਾਰੀ ਦੇਣ ਦੇ ਲਈ ਕੋਚ ਦਾ ਵੀ ਪ੍ਰਬੰਧ ਕਰਵਾਇਆ ਗਿਆ ਹੈ, ਜੋ ਕਿ ਉਹਨਾਂ ਨੂੰ ਖੇਡ ਦੀ ਤਿਆਰੀ ਕਰਵਾ ਰਹੇ ਨੇ। ਮੇਰਾ ਪਿੰਡ ਫੱਤਾ ਮਾਲੂਕਾ ਹੈ, ਇੱਥੋਂ ਦੇ ਸਾਡੇ ਸਰਪੰਚ ਸਰਦਾਰ ਗੁਰਸੇਵਕ ਸਿੰਘ ਐਡਵੋਕੇਟ ਸਾਡੇ ਲਈ ਸਪੈਸ਼ਲ ਗਰਾਊਂਡ ਬਣਾਇਆ ਹੈ ਅਤੇ ਸਾਡੇ ਲਈ ਸਪੈਸ਼ਲ ਕੋਚ ਵੀ ਰੱਖਿਆ ਹੋਇਆ ਜੋ ਸਾਡੀ ਸੁਬਹਾ ਸ਼ਾਮ ਸਪੈਸ਼ਲ ਤਿਆਰੀ ਕਰਵਾਉਂਦੇ ਹਨ ਅਤੇ ਸਾਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ, ਸਾਡੇ ਲਈ ਬਾਲ ਵਗੈਰਾ ਸ਼ੂਜ਼ ਕਿੱਟਾਂ ਸਭ ਕੁਝ ਪ੍ਰਬੰਧ ਕੀਤਾ ਹੈ। ਧੰਨਵਾਦ।